ਅਸੀਂ ਅੱਜ ਠੀਕਰੀ ਬਾਰਡਰ ਤੇ ਗਏ ਸੀ ਸਿੰਘੂ ਬਾਰਡਰ ਤੇ ਤੇ ਅਸੀਂ ਉੱਥੇ ਕੁਝ ਕਿਸਾਨ ਆਗੂਆਂ ਨਾਲ ਤੇ ਕੁਝ ਲੰਗਰਾਂ ਦੇ ਵਿੱਚ ਗੱਲਬਾਤ ਕੀਤੀ ਆ ਤੇ ਹੁਣ ਅਸੀਂ ਇੱਕ ਜਿਹਨੂੰ ਛੋਟਾ ਹਾਥੀ ਕਹਿੰਦੇ ਆ ਪੰਜਾਬ ਦੇ ਵਿੱਚ ਅਸੀਂ ਉਹਦੇ ਵਿੱਚ ਸਫ਼ਰ ਕਰ ਰਹੇ ਹਾਂ ਤੇ ਸਾਡੇ ਨਾਲ ਕੁਝ ਪੰਜਾਬ 'ਚੋਂ ਸੰਗਤਾਂ ਦੇ ਕੁਝ ਇੱਧਰ ਬਿਹਾਰ ਤੋਂ ਕੁਛ ਯੂਪੀ ਤੋਂ ਸੰਗਤਾਂ ਬੈਠੀਆਂ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਸਾਰੇ ਵੀਰਾਂ ਨਾਲ ਅਲੱਗ ਅਲੱਗ ਅਤੇ ਪਹਿਲਾਂ ਤਾਂ ਆਪਾਂ ਜਿਹੜੇ ਪੰਜਾਬ ਤੋਂ ਵੀਰ ਆਏ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜਿਹੜੇ ਯਾਤਰਾ ਕਰਦੇ ਹੋਏ ਆਏ ਆ ਵੀਰ ਜੀ ਕੀ ਨਾਂ ਹੈ ਤੁਹਾਡਾ ਅਸੀਂ ਕਿਸਾਨੇ ਧਾਰਨੇ ਦੇ ਵਿੱਚ ਆਏ ਹਾਂ ਆਪਣੇ ਸਿੱਖ ਭਾਈਆਂ ਦਾ ਸਾਥ ਦੇਣ ਸਾਡੀ ਟੀਮ ਪਹਿਲਾਂ ਤੋਂ ਵੀ ਉਰੇ ਪਹੁੰਚੀ ਹੋਈ ਹੈ ਹੁਣ ਸਾਥ ਦੇ ਰਹੀ ਹੈ ਸਾਡਾ ਲੰਗਰ ਲੱਗਿਆ ਹੋਇਆ 26 ਤਾਰੀਖ ਤੋਂ ਜੱਥੇ ਸਾਡੇ ਕਹਿੰਦੇ ਜੱਥੇ ਦੇ ਨਾਲ ਹੀ ਸਾਡੀ ਟੀਮ ਆਈ ਦੀ ਪੂਰੀ ਵਾਪਸ ਹੁਣ ਸਾਡੀ ਟੀਮ ਸਾਰੀ ਉੱਥੇ ਕੰਮ ਵੀ ਕਰ ਰਹੀ ਹੈ ਅਸੀਂ ਕੁਛ ਸਾਥੀ ਚਲੇ ਗਏ ਸੀਗੇ ਅਤੇ ਕੁਛ ਸਾਥੀ ਹੁਣ ਵਾਪਸ ਆਏ ਆਪਣੇ ਸਿੱਖ ਭਾਈਆਂ ਸਾਥ ਦੇਣ ਦੇ ਲਈ ਅਤੇ ਅਸੀਂ ਸਾਰੇ ਭਾਈ 4-5 ਸਾਥੀ ਅਸੀਂ ਸਾਰੇ ਪੰਜਾਬ ਦੇ ਵਿੱਚ ਮਲੇਰਕੋਟਲੇ ਤੋਂ ਆਏ ਸਾਰੇ ਸਾਥੀ ਅਸੀਂ ਅਤੇ ਕਦੋਂ ਪਹੁੰਚੇ ਆ ਅੱਜ ਪਹੁੰਚੇ ਸੀ ਅਸੀਂ ਅੱਜ ਪਹੁੰਚੇ ਸੀ ਅੱਜ ਸੁਬਾਹ ਦੇ ਤੁਰ ਹੋਏ ਹਾਂ ਅੱਜ ਪਹੁੰਚੇ ਅਸੀਂ ਸਿੰਘੂ ਬਾਰਡਰ ਦੇ ਵਿੱਚ ਅਤੇ ਸਿੰਘੂ ਬਾਰਡਰ ਪਹੁੰਚ ਕੇ ਅਸੀਂ ਲੋਕ ਸਿੱਖ ਭਾਈਆਂ ਦੀ ਸੇਵਾ ਕਰਨ ਵਾਸਤੇ ਪਹੁੰਚੇ ਅਸੀਂ ਇਨਸ਼ਾਅੱਲਾ ਪੂਰੀ ਸੇਵਾ ਕਰਕੇ ਜਾਵਾਂਗੇ ਉਹਨਾਂ ਦੀ ਉਹਨਾਂ ਸਾਥ ਦੇਵਾਂਗੇ ਇਹ ਵੀਰ ਜੀ ਮਲੇਰਕੋਟਲੇ ਤੋਂ ਪਹੁੰਚੇ ਆ ਜਿਨ੍ਹਾਂ ਨੇ ਆਪਣਾ ਐਡਰੈਸ ਦੱਸਿਆ ਅਤੇ ਹੋਰ ਵੀ ਸਾਡੇ ਨਾਲ ਇੱਕ ਵੀਰ ਜੀ ਬਣੇ ਆ ਅਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੱਛਾ ਬੋਲੋ ਇਲਾਹਾਬਾਦ ਸੇ ਆਇਆ ਹੂੰ ਹਾਂਜੀ ਇਲਾਹਾਬਾਦ ਇਲਾਹਾਬਾਦ ਅੱਛਾ ਇੱਥੇ ਕੰਮ ਕਰਦੇ ਹੋ ਆਪ ਹਾਂ ਯਹਾਂ ਪੇ ਕੰਮ ਕਰਤਾ ਹੂੰ ਅੱਛਾ ਕਿਸਾਨੀ ਬਾਰੇ ਕਿਆ ਬੋਲਦੇ ਹੋ ਕਿਆ ਚੀਜ਼ ਕਿਸਾਨੀ ਕਿਸਾਨ ਜੋ ਕਿਸਾਨ ਕਿਸਾਨ ਗੇਹੂੰ ਧਾਨ ਔਰ ਇਹ ਹੈ ਹਿਰਮਿੰਜੀ ਹੈ ਔਰ ਆਲੂ ਉਲੂ ਹੈ ਇਹ ਸਭ ਹੋਤਾ ਹੈ ਜੋ ਕਿਸਾਨੀ ਕਾ ਅੰਦੋਲਨ ਚੱਲ ਰਹਾ ਹੈ ਹਾਂ ਜੋ ਦਿੱਲੀ ਕੋ ਘੇਰ ਚੁੱਕਾ ਹੈ ਸਭ ਕੇ ਕਿਸਾਨੋਂ ਨੇ ਨਾ ਹਾਂ ਉਸਕੇ ਬਾਰੇ ਕਿਆ ਵਿਚਾਰ ਹੈ ਆਪਕੇ ਉਸਕੇ ਬਾਰੇ ਮੇਂ ਕਿਆ ਵਿਚਾਰ ਹੈ ਕਿਆ ਕਿਆ ਲੱਗਤਾ ਹੈ ਆਪਕੋ ਵੀ ਮੋਦੀ ਗਲਤ ਕਰ ਰਹਾ ਹੈ ਉਹ ਮੋਦੀ ਤੋਂ ਗਲਤ ਕਰ ਰਹਾ ਹੈ ਗਲਤ ਕਰ ਰਹਾ ਹਾਂ ਮੋਦੀ ਗਲਤ ਕਰ ਰਹਾ ਹੈ ਸਰਾਸਰ ਗਲਤ ਕਰ ਰਹਾ ਹੈ ਤੇ ਇੱਧਰ ਇੱਕ ਇੱਧਰ ਵੀਰ ਜੀ ਹਾਂਜੀ ਲਓ ਤੁਸੀਂ ਬੜੇ ਜੰਮ ਪਹਿਲਾਂ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਵੀਰ ਜੀ ਤੁਸੀਂ ਅਸੀਂ ਨਰੇਲਾ ਸੇ ਜੀ ਨਰੇਲਾ ਹਾਂਜੀ ਠੀਕ ਖਾਸ ਨਰੇਲਾ ਖਾਸ ਨਰੇਲਾ ਜੀ ਠੀਕ ਹੈ ਕੀ ਨਾਂ ਹੈ ਤੁਹਾਡਾ ਪਵਨ ਤੇ ਜਿਹੜਾ ਮੋਦੀ ਸਰਕਾਰ ਨੇ ਬਿੱਲ ਲਿਆਂਦੇ ਆ ਜਿਹਦਾ ਵਿਰੋਧ ਹੋ ਰਿਹਾ ਕਾਫੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆਪਕੇ ਜੀ ਬਹੁਤ ਬੜੀਆ ਰਾਏ ਹੈ ਸਰਦਾਰ ਜੀ ਬਹੁਤ ਮੈਂ ਤਾਂ ਕਹੂੰ ਇਤਨਾ ਖੁਸ਼ ਹੋਇਆ ਆਪਣਾ ਹੱਕ ਤੋਂ ਲੈ ਕੇ ਰਹੋਗੇ ਕਿਸਾਨ ਆਪਣਾ ਹੱਕ ਬਿਲਕੁਲ ਕਿਸਾਨ ਲੈ ਕੇ ਰਹੇ ਜੋ ਜਿਸ ਤਰੀਕੇ ਸੇ ਇਹ ਆਨਲਾਈਨ ਔਰ ਇਹ ਕਰ ਰਹੇ ਹੈ ਇਹ ਤਾਂ ਕਿਸਾਨੋਂ ਕੇ ਪੇਟ ਪੇ ਲਾਤ ਮਾਰ ਰਹੇ ਬਿਲਕੁਲ ਇੱਕ ਕਿਸਮ ਸੇ ਉਨਕੋ ਗੁਲਾਮ ਬਣਾਨੇ ਕੀ ਸੋਚ ਰਹੇ ਹੈ ਅਬ ਆਨਲਾਈਨ ਇਹ ਕਰ ਦੇਂਗੇ ਤੋ ਬੀਚ ਕੇ ਮਜ਼ਦੂਰ ਕਹਾਂ ਜਾਏਂਗੇ ਇਹ ਚੀਜ਼ ਦੇਖੋ ਨਾ जब से ये इस देश में आया इस देश का बेड़ा गर्क करके रख दिया इसने ये हकीकत बात है नोटबंदी की मजदूर मरिया बेचारा हैं जीएसटी लगाई बड़े लघु उद्योग जा लिए सारे तो मजदूर आदमी कहाँ जाएगा सब चीज़ें प्राइवेट कर रहे हैं ये पहला नेता ऐसा आया जिसको गालियाँ ही मिली आज तक और आगे मिलती रहेगी क्यों ना तो इसके आगे कुछ ना पीछे कुछ जो फैमिली वाला होगा वही समझेगा ना ये क्या समझेगा ऐसे ही वहाँ यूपी में योगी बिठा रखा है जिसके आगे ना पीछे कुछ है इधर हरियाणा में वो है क्या नाम इसका मनोहर लाल उसके ना आगे पीछे कुछ चले गुंडों की सरकार है एक किस्म आपका आंदोलन सरदार जी बहुत अच्छा है मैं तो कहूँ वाहेगुरु जी आपका सफल करें जिमें इन्होंने दसिया कि भी जोड़े बिल आ बिल्कुल कैंसल होने चाहिए क्योंकि वक् वक् असी एक छोटे हाथी के सफ़र कर रहे हैं वक् वक् ਜਗ੍ਹਾ ਤੋਂ ਇਸਦੇ ਵਿੱਚ ਸੰਗਤ ਬੈਠੀ ਹੈ ਕਿਉਂਕਿ ਬਿਲਕੁਲ ਟਾਈਟ ਹੋ ਕੇ ਬੈਠੇ ਹੈ ਕਾਫੀ ਸੰਗਤ ਆ ਮੇਰੇ ਖਿਆਲ 'ਚ ਬਹੁਤੇ ਨਹੀਂ 10 ਕੁ ਬੰਦੇ ਅਸੀਂ ਬੈਠੇ ਹਾਂ ਅਤੇ ਅਸੀਂ ਵੱਖ ਵੱਖ ਵਿਚਾਰਾਂ ਲੈ ਰਹੇ ਹਾਂ ਇੱਕ ਵੀਰ ਜੀ ਮੇਰੇ ਸੰਜੀਵ ਕੈਮਰਾਮੈਨ ਦੇ ਬੈਕ ਸਾਈਡ 'ਤੇ ਬੈਠੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਮਾਸਕ ਥੱਲੇ ਉਤਾਰ ਲਓ ਵੀਰ ਜੀ ਮੇਰਾ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਜੀ ਕਹਾਂ ਸੇ ਆਏ ਹੋ ਮੈਂ ਬਿਹਾਰ ਸੇ ਹੂੰ ਗਿਆ ਡਿਸਟ੍ਰਿਕਟ ਸੇ ਅਤੇ ਕੀ ਤੁਹਾਡੀ ਰਾਏ ਕੀ ਹੈ ਕਿਸਾਨੀ ਬਿੱਲ ਲਈ किसानी बिल बहुत गलत है हम लोग बहुत मतलब धान गेहूं के बहुत ही कम पैसे में बिकता है और बहुत कम मार्जिन में बिकता है अभी 800-900 रुपये धान है और 1200-1300 रुपये क्विंटल गेहूं है हम लोग के पास कुछ भी है नहीं हम लोग ये समझिए बेरोजगार हो चुके हैं काम करने के बाद भी समझिए धान गेहूं रखते हुए भी उसका कीमत नहीं मिलता है तो इसलिए मोदी जी से अनुरोध है कि इस चीज़ को समाधान करें और हद से ज़्यादा किसान लोग के लिए सफल योगदान दें इसे हम क्या ज़्यादा कह सकते हैं जी जय जय किसान जय किसान जय जवान जय किसान जय जवान जय किसान जय जवान जय किसान जीतांगे 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 जीतांगे
खेती है, हम कले किसानों के नहीं इसे घाटा बढ़ता, कोई आम लोग है उनसे भी ज़्यादा बढ़ता है, क्योंकि जो आम लोग हैं जो ज़्यादातर शहर में रहने वाले हैं उनको लड़ो भी 100 रुपये किलो गेहूँ मिलेगा, कणक जो हम कहते हैं वो मिलेगा, वो अपना गुजारा कैसे करेगा। ये ऑटो वाला है इसको 200-300 रुपये मिलता है, अगर ये 100 रुपये किलो गेहूँ लेगा जो दूध है वो भी महंगा हो जाएगा तो इसका गुजारा कैसे चलेगा। इसके लिए हम कले हमारे को नहीं घाटा पड़ता है, सभी को है, इसलिए सभी लोग ऐसा सहयोग देंगे तो भी इसका कोई हल निकलेगा। इसलिए मैं चाहता हूँ भी कले किसान नहीं ऑल इंडिया जो है वहाँ पे आए और हमारा साथ दें। थैंक यू।